ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਆਓ ਫਿਰ ਪੱਟੀ ਸਾਹਿਬ ਜੁੜ ਚੁੱਕੇ ਨੇ। ਪੱਟੀ ਸਾਹਿਬ ਵੈਲਕਮ ਜੀ, ਆਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਮੈਨੂੰ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਠਾਕ ਹੋ? ਬੜੀ ਕਿਰਪਾ ਜੀ। ਕੀ ਨਵੀਂ ਤਾਜ਼ੀ ਹੈ? ਨਵੀਂ ਤਾਜ਼ੀ ਠੀਕ ਹੈ ਜੀ। ਕਿੱਦਾਂ ਪੂਰਬੀ ਹਲਕਾ? ਬਿਲਕੁਲ ਠੀਕ ਹੈ ਜੀ। ਕੀ ਸਿਚੁਏਸ਼ਨ ਹੈ? ਸਿਚੁਏਸ਼ਨ ਵੀ ਠੀਕ ਉੱਥੇ ਜੀ। ਅੱਜ ਵਧੀਆ ਆ? ਹਾਂਜੀ ਹਾਂਜੀ। ਕਿਵੇਂ ਰਿਹਾ ਅੱਜ ਸਾਰਾ ਦਿਨ? ਕਿਉਂਕਿ ਉਸ ਹਲਕੇ ਦੇ ਉੱਤੇ ਦੁਨੀਆ ਦੀ ਨਿਗਾਹ ਲੱਗੀ ਹੋਈ ਹੈ, ਕੋਈ ਜਿੱਤੇ ਚਾਹੇ ਹਾਰੇ। ਦੋ ਤਿੰਨ ਹਲਕੇ ਨੇ, ਇੱਕ ਹੋ ਗਿਆ ਹਲਕਾ ਕੈਪਟਨ ਸਾਹਿਬ ਵਾਲਾ, ਇੱਕ ਹੋ ਗਿਆ ਪੂਰਬੀ ਦਾ, ਇੱਕ ਹੋ ਗਿਆ ਭਗਵੰਤ ਮਾਨ ਵਾਲਾ, ਠੀਕ ਹੈ। ਬਾਕੀਆਂ ਨੂੰ ਕੋਈ ਪੁੱਛ ਰਿਹਾ? ਬੀਬੀ ਜਗੀਰ ਕੌਰ ਦੀ ਸਭ ਤੋਂ ਜ਼ਿਆਦਾ ਚਰਚਾ ਹੁੰਦੀ, ਕੋਈ ਪੁੱਛ ਰਿਹਾ ਅੱਜ? ਸਮੇਂ ਸਮੇਂ ਸਮਰੱਥ ਹੈ ਜਿਹੜੀ ਜਿਹੜੀ ਗੱਲ ਤੁਸੀਂ ਹਰਕਾ ਕੀਤੀ ਨਾ ਪੂਰਬੀ ਦੀ ਜੀ, ਉੱਥੋਂ ਇਸ ਵੇਲੇ ਜਿਹੜੀ ਬੀਬੀ ਆਪ ਵਾਲੀ ਡਾਕਟਰ ਜਸਵਿੰਦਰ ਕੌਰ ਜੋਰ ਫੜ ਜਾ ਰਹੀ ਇੱਥੇ ਰੱਖ, ਜੇ ਉਹ ਜੋਰ ਫੜ ਗਈ ਤੇ ਜਿਹੜੇ ਹੈਰਾਨੀ ਜਨਕ ਸਿੱਟੇ ਵੀ ਆ ਸਕਦੇ ਉਸ ਹਲਕੇ ਦੇ ਵਿੱਚ। ਰਾਮਗੜੀਆ ਭਾਈਚਾਰੇ ਦੀ ਕੋਈ 30,000 ਦੇ ਕਰੀਬ ਵੋਟ ਆ, ਜੇ ਉਹਦਾ ਧਰੁਵੀਕਰਨ ਹੋ ਗਿਆ ਤੇ ਫਿਰ ਬੀਬੀ ਦੀ ਗੱਲ ਬਣ ਜਾਣੀ ਹੈ। ਹਾਲੀ ਕੇ ਮਜੀਠੀਆ ਸਾਹਿਬ ਦਾਵਾ ਕੀਤਾ ਵੀ ਮੇਰੇ ਦਾ ਰਾਮਗੜੀਏ ਭਾਈਚਾਰਾ ਟੁੱਟਿਆ, ਲੇਕਿਨ ਉਸ ਹਲਕੇ ਦੇ ਵੋਟ ਕਹਿੰਦੇ ਕੁਛ ਲੋਕ ਤੇ ਕਰਦੇ ਕੁਛ ਹੁੰਦੇ। ਇਸ ਕਰਕੇ ਬੀਬੀ ਨੂੰ ਇੱਕ ਤੇ ਆਸੋ ਆ ਤੇ ਇੱਕ ਲਾਗੇ ਜਿਹੜੇ ਹਲਕੇ ਦੂਜੇ ਹੈਗੇ ਆ ਉਹਨਾਂ ਵਿੱਚ ਆਪਦਾ ਪ੍ਰਭਾਵ ਕਾਫੀ ਅੱਗੇ ਨੂੰ ਵੱਧ ਗਿਆ। ਅੱਜ ਦੀ ਡੇਟ ਦੇ ਵਿੱਚ ਜੇਕਰ ਤੇ ਕਹੀਏ ਕੱਲ ਵੋਟਾਂ ਪੈ ਜਾਣ ਤੇ ਪੰਜਾਬ ਚ ਆਪ ਨੂੰ ਕੋਈ ਹਰਾ ਨਹੀਂ ਸਕਦਾ, ਲੇਕਿਨ ਪਿਛਲੀ ਵਾਰੀ ਸਿਚੁਏਸ਼ਨ ਇਸੇ ਤਰ੍ਹਾਂ ਦੀ ਸੀ ਵੀ ਤਿੰਨ ਦਿਨ ਪਹਿਲਾਂ ਜਿਹੜੀ ਬਾਜੀ ਸੀ ਸਥਿਤੀ ਸੀ ਪਲਟ ਗਈ ਸੀ ਤੇ ਆਪ ਜਿਹੜੀ ਜਲਦੀ ਜਲਦੀ ਹਾਰ ਗਈ, ਕਿਉਂਕਿ ਕਾਂਗਰਸੀਆਂ ਕੋਲ ਇੱਕ ਨੈਟਵਰਕ ਆ, ਅਕਾਲੀਆਂ ਕੋਲ ਇੱਕ ਨੈਟਵਰਕ ਆ ਤੇ ਬਕਾਇਦਾ ਤੌਰ ਤੇ ਹਰ ਗਲੀ ਮੁਹੱਲੇ ਚ ਉਹਨਾਂ ਦੇ ਕੋਲੇ ਆਪਣੇ ਵਰਕਰ ਹੈਗੇ। ਅਜੇ ਵੀ ਬਕਾਇਦਾ ਤੌਰ ਤੇ ਇਹਨਾਂ ਦੇ ਆਪ ਕੋਲੇ ਵਰਕਰ ਨਹੀਂ ਹੈਗੇ, ਪਿੰਡਾਂ ਲੀਡਰ ਜ਼ਿਆਦੇ ਆ ਵਰਕਰ ਘੱਟ ਨੇ। ਦੂਸਰੀ ਚੀਜ਼, ਮਜੀਠਾ ਹਲਕੇ ਦੇ ਵਿੱਚ ਜਿਹੜੇ ਮਹਿਤਾ ਦਾਲ ਦੇ 10-15 ਪਿੰਡ ਹੈਗੇ ਨੇ ਉਹਨਾਂ ਦੇ ਵਿੱਚ ਕਾਂਗਰਸ ਦਾ ਕਾਫੀ ਪ੍ਰਭਾਵ ਆ। ਕਾਂਗਰਸ ਦਾ ਪ੍ਰਭਾਵ ਹੋਣ ਕਰਕੇ ਐਤਕੀ ਲੋਕਾਂ ਨੇ ਮਨ ਬਣਾਇਆ ਵੀ ਨਹੀਂ ਕਾਂਗਰਸ ਨੂੰ ਵੋਟ ਨੀ ਪਾਉਣੀ, ਅਸੀਂ ਤੀਜੀ ਧਿਰ ਜਿਤਾਉਣਾ। ਉੱਥੇ ਇੱਕ ਕਾਂਗਰਸੀ ਆਗੂ ਗਿਆ, ਕਹਿੰਦਾ ਭਾਈ ਕਾਂਗਰਸ ਨੂੰ ਵੋਟ ਪਾਉਣ ਦੀ ਲੋੜ ਨੀ, ਤੁਸੀਂ ਮਜੀਠੇ ਦੀ ਘਰ ਨੀ ਵੋਟ ਪਾ ਦਿਓ। ਉਹ ਕਹਿੰਦੇ ਜੇ ਆਪੀ ਜੱਬਣਾ ਵਾ ਤੇ ਫਿਰ ਮਜੀਠੇ ਦੀ ਘਰ ਜਿਹੜੇ ਕਿਉਂ, ਫਿਰ ਆਪ ਨੂੰ ਕਿਹੜਾ ਵੋਟ ਪਾਈ ਅਸੀਂ, ਜੇ ਆਪਣਾ ਪਾਲਾ ਹੀ ਬਦਲਣਾ ਸੀ ਧੋਖਾ ਤਾਂ ਨਹੀਂ ਕਰਨੀ ਆਪਣੀ ਪਾਰਟੀ ਦੇ ਨਾਲ, ਤੇ ਫਿਰ ਅਸੀਂ ਆਪ ਨੂੰ ਵੋਟ ਕਰਨਾ ਪਈਏ। ਅੱਜ ਦੀ ਡੇਟ ਦੇ ਵਿੱਚ ਕਿਤੇ 20,000 ਵੋਟ ਪਈ ਵੋਟ ਲੈ ਜਾਂਦਾ ਵਾ ਆਪਣਾ ਆਪ ਵਾਲਾ, ਉੱਥੋਂ ਕਾਂਗਰਸ ਜਿੱਤਦੀ ਹੈ ਤੇ ਜੇ 50,000 ਲੈ ਜਾਂਦਾ ਤੇ ਫਿਰ ਦੋਵਾਂ ਦਾ ਬੋਰੀਆ ਬਿਸਤਰਾ ਗੋਲ ਕਰਕੇ ਉੱਥੇ ਬਕਾਇਦਾ ਤੌਰ ਤੇ ਆਪ ਜਿਹੜੀ ਆਪਣਾ ਪ੍ਰਭਾਵ ਜਮਾ ਲਏਗੀ। ਚਲੋ, ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਆ ਕੇ ਜਿਹੜਾ ਵੀ ਜਿੱਤੇਗਾ ਅਸੀਂ ਚਾਹਵਾਂਗੇ, ਅਰਦਾਸ ਹੀ ਕਰ ਸਕਦੇ ਹਾਂ ਕਿ ਉਹ ਪੰਜਾਬ ਦੇ ਭਵਿੱਖ ਲਈ ਅਤੇ ਜਿਸ ਸੂਬੇ ਦੇ ਵਿੱਚ ਵੀ 5 ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਅਤੇ ਨਰਿੰਦਰ ਮੋਦੀ ਸਾਹਿਬ ਦਾ ਇੱਕ ਬਿਆਨ ਆ ਬੜਾ ਅਹਿਮ ਹੈ ਕਿ 5 ਸੂਬਿਆਂ ਦੇ ਵਿੱਚ ਵੇਖੋ ਬਿਆਨ ਆਉਂਦੇ ਹੁੰਦੇ ਆ ਅਤੇ ਬਿਆਨਾਂ ਦੇ ਉੱਤੇ ਕਿੰਤੂ ਪਰੰਤੂ ਕਰਨਾ ਮੀਡੀਆ ਦਾ ਫਰਜ਼ ਹੁੰਦਾ। ਬਿਆਨ ਇਹ ਆ ਕਿ 5 ਸੂਬਿਆਂ ਦੇ ਵਿੱਚ ਹੀ ਭਾਜਪਾ ਸਰਕਾਰ ਬਣਾਉਣ ਜਾ ਰਹੀ ਹੈ, ਜਿਵੇਂ ਪਹਿਲਾਂ ਤੁਸੀਂ ਵੀ ਕਿਹਾ ਸੀਗਾ ਕਿ ਚੰਡੀਗੜ੍ਹ ਦੇ ਉਹ ਜੇ ਕਹਿੰਦੇ ਸੀ ਵੀ ਜੋ ਮਰਜ਼ੀ ਕਰ ਲਓ ਮੇਅਰ ਭਾਜਪਾ ਦਾ ਹੀ ਬੰਨਾ ਅਗਲਿਆਂ ਨੇ ਬਣਾ ਲਿਆ, ਠੀਕ ਹੈ। ਹੁਣ ਭਾਜਪਾ 5 ਸੂਬਿਆਂ ਦੇ ਵਿੱਚ ਸਰਕਾਰ ਬਣਾਉਂਦੀ ਹੈ ਜਾਂ ਨਹੀਂ ਬਣਾਉਂਦੀ ਇੱਕ ਵੱਖਰਾ ਵਿਸ਼ਾ ਹੋਵੇਗਾ, ਕਿਉਂਕਿ ਰਿਜ਼ਲਟ ਆਉਣ ਵਾਲੇ ਨੇ, UP ਦੇ ਵਿੱਚ ਚੋਣਾਂ ਸ਼ੁਰੂ ਹੋ ਗਈਆਂ ਨੇ, ਵੋਟਾਂ ਸ਼ੁਰੂ ਹੋ ਗਈਆਂ ਨੇ, ਪਰ ਮੁੱਦਿਆਂ ਦੀ ਲੜਾਈ ਐਰਕੀ ਪੰਜਾਬ ਦੇ ਵਿੱਚੋਂ ਗਾਇਬ ਹੈ ਅਤੇ ਜਿੰਨੇ ਮੁੱਦਿਆਂ ਦੀ ਲੜਾਈ ਚੁੱਕੀ ਸੀ ਉਹਨੂੰ ਘੇਰਾ ਪਾਇਆ ਹੋਇਆ ਚੱਕਰਵਿਊ ਅਭਿਮੰਨਿਊ ਦੇ ਵਿੱਚੋਂ। ਹੁਣ ਅਭਿਮੰਨਿਊ ਚੱਕਰਵਿਊ ਦੇ ਵਿੱਚੋਂ ਉਹ ਭਾਵੇਂ 100 ਐਕਸ਼ਨ ਕਰੇ ਜੋ ਮਰਜ਼ੀ ਕਰੇ, ਲੋਕ ਪੜ੍ਹੇ ਲਿਖੇ ਸੂਝਵਾਨ ਜਿਹੜੇ ਇੰਟੈਲੀਜੈਂਟ ਕਦੀ ਵੇਖਿਆ ਉਹਨਾਂ ਦੇ ਜਦੋਂ ਵਿਚਾਰ ਪੜ੍ਹਦੇ ਹਾਂ ਤਾਂ ਉਹ ਉਸ ਅਭਿਮੰਨਿਊ ਦੇ ਚੱਕਰ ਦੇ ਵਿੱਚ ਫਸੇ ਹੋਏ ਜਾਂ ਫਸਾਏ ਹੋਏ ਸਿੱਧੂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਨਜ਼ਰ ਆਉਂਦੇ ਨੇ। ਹਾਲਾਂਕਿ ਮੈਂ ਉਹਦਾ ਫੈਨ ਨਹੀਂ,
मैं ओदियां कुछ जिहियां हरकतां दे उत्ते बड़ा शर्मिंदा भी होना जदों किते कोई गल तुसीं कहा सी गल जदों उहने चंगी गल कही सी चंगी कहती तुसीं साडे ते ठप्पा लाता भाजपा दा उदों उदों भाजपा दे विच सी तूं चावला जी भाजपा ही बन गया जदों उह कांग्रेस दे विच आया उहने पाणी पी पी के भाजपा नूं कोसिया ते अहीं कहता जी सिद्धू ने आह गल कही ते उदों कहता जी तुसीं हुण कांग्रेस विरोधी हो ਤੁਸੀਂ ਸਿੱਧੂ ਵਿਰੋਧੀ ਹੋ ਸਾਡੇ 'ਤੇ ਤਾਂ ਪਿੱਠ ਭਰੀ ਪਈ ਆ ਹਾਂਜੀ ਕੱਪੜੇ ਚੇਂਜ ਕਰ ਕਰਕੇ ਹੁਣ ਜੇ ਨਵਜੋਤ ਸਿੱਧੂ ਇਸ ਵਕਤ ਮੁੱਦਿਆਂ ਦੀ ਜੇ ਕਿਸੇ ਨੇ ਗੱਲ ਕੀਤੀ ਹੈ ਤਾਂ ਕਿਤੇ ਕਿਤੇ ਆਮ ਆਦਮੀ ਪਾਰਟੀ ਨੇ ਕੀਤੀ ਹੈ ਪਰ ਉਹਨਾਂ ਦੇ ਵਿੱਚ ਉਹ ਸਪਸ਼ਟਾ ਕਲੀਅਰ ਨਜ਼ਰ ਨਹੀਂ ਆਉਂਦੀ ਪਰ ਸਿੱਧੂ ਦੀ ਜਿਹੜੇ ਜਿਹੜੇ ਮਾਡਲ ਨੇ ਉਹ ਨਜ਼ਰ ਆਉਂਦੇ ਨੇ ਵੀ ਹਾਂ ਵਰਕ ਕੀਤਾ ਜਾਵੇ ਤਾਂ ਹੋ ਸਕਦਾ ਚਲੋ ਐਨੀਵੇ 905-813-1320 905-813-1300 ਵੀ ਅਗਲਾ ਸਵਾਲ ਜਿਹੜਾ ਹੈ ਉਹ ਜੇਕਰ ਕਰੀਏ ਤਾਂ ਪੰਜਾਬ ਵਿੱਚ ਨਸ਼ਿਆਂ ਦੇ ਵਪਾਰੀ ਪੁਲਿਸ ਅਧਿਕਾਰੀ ਅਤੇ ਖੇਡ ਪ੍ਰਮੋਟਰ ਜੀਤਾ ਮੌੜ ਐਡੀ ਛਾਤੀ ਜਿਵੇਂ ਨਰਿੰਦਰ ਮੋਦੀ ਸਾਹਿਬ ਕਹਿੰਦੇ ਨੇ ਨਾ 56 ਇੰਚ ਜੀਤਾ ਸ਼ੇਰ ਵਰਗੀ ਫੁਰਤੀ ਰੱਖਦਾ ਮੈਂ ਜਦੋਂ ਕਬੱਡੀ ਦੀ ਗੱਲ ਕਰਦਾ ਉਸ ਵਕਤ ਜਦੋਂ ਇੱਥੇ ਕਬੱਡੀ ਪਾਉਣ ਜਾਂਦਾ ਸੀ 92-94-95 ਦੇ ਵਰਲਡ ਕੱਪ ਜਦੋਂ ਇੱਥੇ ਹੁੰਦੇ ਸੀ ਕਬੱਡੀ ਦੇ ਹਾਂਜੀ ਅਤੇ ਇੱਥੇ ਦੀ ਜਿਹੜੀ ਜਿਹੜੀ ਗੇਮ ਜਿਹੜੀ ਕਲੱਬ ਦੇ ਵਿੱਚ ਜੀਤਾ ਹੁੰਦਾ ਸੀ ਉਹਦੇ ਸਾਰ ਹੁੰਦੇ ਸੀ ਬੜੇ ਇੱਕ ਨਜ਼ਾਰੇ ਹੁੰਦੇ ਸੀਗੇ ਮੈਂ ਉਹਨਾਂ ਸਮਿਆਂ ਦੀ ਗੱਲ ਕਰਦਾ ਅਤੇ ਦੋ ਹੀ ਕਲੱਬਾਂ ਹੁੰਦੀਆਂ ਸੀ OKD ਐਂਡ ਮੈਟਰੋ ਪੰਜਾਬੀ ਸਪੋਰਟਸ ਕਲੱਬ ਕਬੱਡੀ ਦੇ ਅਤੇ ਇਹਨਾਂ ਦੋਨਾਂ ਦੇ ਵਿੱਚ ਜੀਤਾ ਖੇਡਦਾ ਹੁੰਦਾ ਸੀ ਅਤੇ ਐਡੀ ਛਾਤੀ ਚੌੜੀ ਸੀਗੀ ਮੁੰਡੇ ਦੀ ਬਹੁਤ ਜ਼ਿਆਦਾ ਪਰ ਚਲੋ ਇੱਥੇ ਖੇਡ ਕਲੱਬਾਂ ਨੇ ਓਨਟੇਰੀਓ ਕਬੱਡੀ ਫੈਡਰੇਸ਼ਨ ਜਦੋਂ ਕਿਤੇ ਇੱਥੇ ਕੋਈ ਪੈਸਿਆਂ ਦਾ ਸੀਗਾ ਉਹਨਾਂ ਨੇ ਬੈਨ ਕਰਤਾ ਸੀ ਅਤੇ ਫਿਰ ਇੰਗਲੈਂਡ ਚਲਾ ਗਿਆ ਸੀਗਾ ਮੈਨੂੰ ਯਾਦ ਆ ਇੰਗਲੈਂਡ ਦੇ ਵਿੱਚ ਜਾਂ ਅਮੈਰੀਕਾ ਦੇ ਵਿੱਚ ਵੀ ਇਹਨੂੰ ਬੈਨ ਕਰਨ ਦੀਆਂ ਗੱਲਾਂ ਚੱਲੀਆਂ ਸੀ ਕੈਨੇਡਾ ਬਹੁਤ ਘੱਟ ਆਇਆ ਹੋਵੇ ਕੋਈ ਘੁੰਮਣ ਫਿਰਨ ਸਾਨੂੰ ਪਤਾ ਨਹੀਂ ਬਟ ਜੀਤਾ ਮੌੜ ਕਬੱਡੀ ਦਾ ਇੱਕ ਮੰਨਿਆ ਪਰਮੰਨਿਆ ਖਿਡਾਰੀ ਪੰਜਾਬ ਦੇ ਨਸ਼ਿਆਂ ਦੇ ਵਪਾਰੀ ਪੁਲਿਸ ਅਧਿਕਾਰੀ ਅਤੇ ਖੇਡ ਪ੍ਰਮੋਟਰ ਜੀਤਾ ਸਮੇਤ 3 ਨੂੰ STF ਨੇ ਚੱਕਿਆ ਹੈ ਔਰ ਹੁਣ ਤਾਂ ਫੋਟੋਆਂ ਵੀ ਛਾਇਆ ਹੋਈਆਂ ਨੇ ਵੱਡੀਆਂ ਮਹਿੰਗੀਆਂ ਗੱਡੀਆਂ ਦੇ ਨਾਲ ਵੈਸੇ ਅਸੀਂ ਮੀਡੀਆ ਦੇ ਵਿੱਚ ਹਾਂ 92 ਤੋਂ ਇੱਥੇ ਆਏ ਹਾਂ ਅਤੇ ਕਿਸ਼ਤਾਂ 'ਚ ਲਈ ਹੈ ਗੱਡੀ ਉੱਥੇ ਜਿਹੜੀ ਇੱਕ ਲਈ ਹੈ ਹਾਂਜੀ ਕੀ ਕਹਿਣਾ ਚਾਹੋਗੇ ਦੇਖੋ ਜਗਦੀਸ਼ ਭੋਲਾ ਵੀ ਬੜਾ ਤਕੜਾ ਜਿਹੜਾ ਇੱਕ ਖਿਡਾਰੀ ਸੀ ਹਾਂ ਇਹ ਖਿਡਾਰੀਆਂ ਨੂੰ ਬਿਮਾਰੀ ਕਿਉਂ ਪੈਂਦੀ ਨਹੀਂ ਪਤਾ ਕਿਉਂ ਇਹਨਾਂ ਦੇ ਵਿੱਚ ਹੋਰ ਵੀ ਕਈ ਖਿਡਾਰੀ ਫੜੇ ਗਏ ਇਸੇ ਤਰ੍ਹਾਂ ਪਰ ਰਣਜੀਤ ਸਿੰਘ ਜੀਤਾ ਮੋੜ ਤੇ ਸਮੇਤ 3 ਵਿਅਕਤੀ ਇੱਕ ਮਨੀਸ਼ ਥਾਣੇਦਾਰ ਤੇ ਇੱਕ ਸਾਬਕਾ DSP ਬਿਮਲ ਕਾ ਆਪਾਂ ਪਹਿਲਾਂ ਵੀ ਕਈ ਵਾਰੀ ਕਹਿੰਦੇ ਹਾਂ ਵੀ ਬਕਾਇਦਾ ਤੌਰ ਤੇ ਪੁਲਿਸ ਦੀ ਮਿਲੀ ਭੁਗਤ ਦੇ ਬਗੈਰ ਡਰੱਗ ਨਹੀਂ ਵਿਕ ਸਕਦੇ ਪੁਲਿਸ ਨੂੰ ਬਕਾਇਦਾ ਤੌਰ ਤੇ ਮਹੀਨਾ ਆਉਂਦਾ ਜਾਂ ਦਿਹਾੜੀ ਆਉਂਦੀ ਇਹ ਉਹਨਾਂ ਨੂੰ ਪਤਾ ਹੋਵੇ ਕਿੰਨੇ ਪੈਸੇ ਲੇਕਿਨ ਇਹ ਦਾਅਵੇ ਨੇ ਕਿਹਾ ਦੱਸਦਾ ਜੇ ਪੁਲਿਸ ਚਾਹੇ ਤੇ ਉਹ ਕੰਧਾਂ ਵੀ ਬੁਲਾ ਦਿੰਦੀ ਖਾਲਸਾ ਤੇ ਪੰਜਾਬ ਪੁਲਿਸ ਹੁਣ ਬਕਾਇਦਾ ਤੌਰ ਤੇ ਜਿਹੜੀ STF ਦੀ ਇੱਕ ਟੀਮ ਆ ਉਹਨਾਂ ਨੇ ਬਕਾਇਦਾ ਤੌਰ ਤੇ 3 ਵਿਅਕਤੀਆਂ ਨੂੰ ਚੁੱਕਿਆ ਤੇ ਟੋਟਲ 12 ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਬਿਮਲ ਕਾਤ ਜਿਹੜਾ ਵਾ ਉਹ ਕਈ ਜਗ੍ਹਾ ਤੇ ਪਹਿਲਾਂ ਜਲੰਧਰ ਵੀ ਰਿਹਾ ਕਪੂਰਥਲੇ ਵੀ ਰਿਹਾ ਕਈ ਹੋਰ ਥਾਵਾਂ ਦੇ ਉੱਤੇ ਉਹ ACP ਵੀ ਰਿਹਾ ਤੇ DSP ਵੀ ਰਿਹਾ ACP ਲਾਏ ਜਾਂਦੇ ਨੇ ਬਕਾਇਦਾ ਤੌਰ ਤੇ ਜਿੱਥੇ ਕਮਿਸ਼ਨਰ ਸਿਸਟਮ ਹੋਵੇ ਜਿਵੇਂ ਅੰਮ੍ਰਿਤਸਰ ਹੋਇਆ ਲੁਧਿਆਣਾ ਹੋਇਆ ਜਲੰਧਰ ਹੋਇਆ ਇੱਥੇ ਕਮਿਸ਼ਨਰ ਆਫਿਸ ਤੇ ACP ਲੱਗਦੇ ਅਸਿਸਟੈਂਟ ਕਮਿਸ਼ਨਰ ਪੁਲਿਸ ਤੇ DSP ਉੱਥੇ ਜਿੱਥੇ SSP ਹੁੰਦੇ ਨੇ ਉੱਥੇ ਉਹੀ ਪੋਸਟ ਜਿਹੜੀ ਉਹ DSP ਮਿਲੀ ਜਾਂਦੀ ਹੈ ਹੁਣ ਬਕਾਇਦਾ ਤੌਰ ਤੇ ਇਹਨਾਂ 3 ਵਿਅਕਤੀਆਂ ਨੂੰ ਚੁੱਕਿਆ ਤੇ ਸਨੇਹਦੀਪ ਸਿੰਘ AIG ਨੇ ਇੰਨੀ ਗੱਲ ਕਹੀ ਆ ਉਹਨਾਂ ਨੇ ਪੁਸ਼ਟੀ ਕਰਤੀ ਵੀ ਚੁੱਕਿਆ ਤੇ ਜਿਹੜਾ ਜੀਤਾ ਉਹਦੇ ਕੋਲ 100 ਗ੍ਰਾਮ ਨਸ਼ਾ ਵੀ ਫੜਿਆ ਗਿਆ ਬਕਾਇਦਾ ਤੌਰ ਤੇ ਜਿਹੜਾ ਥਾਣੇਦਾਰ ਮਨੀਸ਼ ਆ ਉਹਦੀ ਤਲਾਸ਼ੀ ਜੀ ਘਰ ਦੀ ਤੇ ਉਹਦੇ ਘਰੋਂ ਲੈਪਟਾਪ ਚੁੱਕਿਆ ਗਿਆ ਉਹਦੇ ਚ ਕਾਫੀ ਕੁਛ ਮਿਲਿਆ 3 ਲੱਖ ਰੁਪਇਆ ਕੈਸ਼ ਮਿਲਿਆ ਵਾ ਚਲੋ 3 ਲੱਖ ਰੁਪਇਆ ਕੋਈ ਵੱਡੀ ਅਮਾਊਂਟ ਨਹੀਂ ਕਹਿੰਦੇ ਇਹਦੇ ਚ 12 ਵਿਅਕਤੀ ਸ਼ਾਮਲ ਨੇ 12 ਦੇ ਖਿਲਾਫ਼ FI ਦਰਜ ਕੀਤੀ ਆ ਹੁਣ ਅੱਗੇ ਵੇਖੋ ਹੋਤਾ ਹੈ ਕਿਆ ਇੱਕ ADGP ਲੈਵਲ ਦਾ IPS ਅਧਿਕਾਰੀ ਪੂਰੀ ਨਿਗਰਾਨੀ ਕਰ ਰਿਹਾ ਵਾ ਤੇ ਪੋਲੀਟੀਕਲ ਬੰਦਿਆਂ ਨੇ ਫਿਰ ਮਾੜੇ ਦੀ ਵੀ ਸਪੋਰਟ ਕਰਨੀ ਕਿ ਚੰਗੇ ਦੀ ਵੀ ਕਰਨੀ ਮਾੜੇ ਦੀ ਬਹੁਤ ਹੀ ਕਰਨੀ ਹੈ ਕੋ ਉਹਨਾਂ ਦਾ ਕਮਾਊ ਪੁੱਤ ਹੁੰਦਾ
ਇਹਦੇ ਵਿੱਚ ਪਤਾ ਲੱਗਾ ਵੀ ADGP ਨੂੰ ਬਕਾਇਦਾ ਤੌਰ ਤੇ ਕੁਝ ਪੋਲੀਟੀਕਲ ਬੰਦਿਆਂ ਨੇ ਜਿਹੜੇ ਸੀ ਅਪਰੋਚ ਕੀਤੀ, ਉਹਨੇ ਕਿਹਾ ਨਾ ਬਈ ਪੁਲਿਸ ਨੂੰ ਆਪਣਾ ਕੰਮ ਕਰ ਦਿਓ, ਤੁਸੀਂ ਆਪਣਾ ਕੰਮ ਕਰ ਜਾ ਕੇ ਇਲੈਕਸ਼ਨ ਲੜੋ ਪਿੱਛੇ ਆਪਣੇ। ਦੋ ਘੰਟੇ ਤੱਕ ਜਿਹੜੀ ਜਲੰਧਰ ਐਸਟੀਪੀ ਦਫ਼ਤਰ ਬਣਾਇਆ ਇਹਨਾਂ ਨੇ, ਉੱਥੇ ਬਕਾਇਦਾ ਤੌਰ ਤੇ ਜੀਤੇ ਦੀ ਪੁੱਛ ਪੜਤਾਲ ਕੀਤੀ ਗਈ ਹੈ। ਹੁਣ ਇਹਨੂੰ ਜਲੰਧਰ ਦੀ ਅਦਾਲਤ ਪੇਸ਼ ਕਰਨਗੇ ਜਾਂ ਚੰਡੀਗੜ੍ਹ ਲੈ ਜਾਣਗੇ ਆਪਣੇ ਹੈੱਡ ਆਫਿਸ ਦੇ ਵਿੱਚ, ਇਹ ਤਾਂ ਹੁਣ ਉਹਨਾਂ ਦੀ ਮਰਜ਼ੀ ਆ। ਲੇਕਿਨ ਕਾਫੀ ਹੱਦ ਤੱਕ ਮੈਂ ਸੋਚਦਾ ਵੀ ਜੇ ਇਹ ਬੰਦਾ ਫੜਿਆ ਗਿਆ ਤੇ ਸੋਚਣ ਵਾਲੀ ਗੱਲ ਇਹ ਆ ਕਿ ਖਿਡਾਰੀ ਇਹ ਕੰਮ ਕਿਉਂ ਕਰਦੇ ਆ ਇਹਨਾਂ ਦਾ, ਇਹਦੇ ਇਹ ਤੇ ਕਹਿੰਦੇ ਵੀ ਨਸ਼ਿਆਂ ਤੋਂ ਦੂਰ ਰਹੋ ਤੇ ਖਿਡਾਰੀ ਬਣੋ। ਕਈ ਜਗ੍ਹਾ ਦੇ ਉੱਤੇ ਨਸ਼ਾ ਛਡਾਊ ਕੇਂਦਰ ਜਿਹੜੇ ਆ ਉਹਨਾਂ ਦੇ ਬਕਾਇਦਾ ਤੌਰ ਤੇ ਇੰਚਾਰਜ ਖਿਡਾਰੀ ਲਾਈ ਗਏ ਕਿ ਉਹਨਾਂ ਨੂੰ ਖੇਡਣ ਦਾ ਪਾਸੇ ਪ੍ਰਮੋਟ ਕਰਨ, ਉਹਨਾਂ ਦੇ ਧਿਆਨ ਨੂੰ ਵੀ ਡਾਈਵਰਟ ਕਰਨ, ਤੇ ਜੇ ਇਹੋ ਜਿਹੇ ਕੰਮ ਖਿਡਾਰੀ ਕਰਨ ਲੱਗ ਪੈਣਗੇ ਤੇ ਫਿਰ ਕੰਮ ਕਿਵੇਂ ਚੱਲੂਗਾ। ਪਟੀ ਸਾਹਿਬ ਹੋਰ ਦੱਸਦਿਆਂ ਜੀ, ਤੁਹਾਨੂੰ ਪਤਾ ਦੀ ਗੱਲ ਤੁਸੀਂ ਪਲੇਅਰ ਦੀ ਗੱਲ ਕੀਤੀ ਸੀ, ਹਰਜੀਤ ਬਾਜਾ ਖੰਡ ਸਾਡਾ ਕਬੱਡੀ ਦਾ ਪਲੇਅਰ ਹੁੰਦਾ ਸੀ ਬੜਾ ਤਕੜਾ, ਹਾਂਜੀ, ਹਰਜੀਤ ਬਾਜਾ ਖੰਡ ਦਾ ਐਕਸੀਡੈਂਟ ਹੋ ਗਿਆ ਸੀ ਰੋਪੜ ਲੱਗ ਕੇ ਤੇ ਮਾਰਿਆ ਗਿਆ ਸੀ, ਤੇ ਉਹ ਪਾਕਿਸਤਾਨ ਨੂੰ ਖੇਡਣ ਗਿਆ ਸੀ। ਪਾਕਿਸਤਾਨ ਤੇ ਇੰਡੀਆ ਦੀ ਟੀਮ ਦੋ ਟੀਮਾਂ ਜਿਹੜੀਆਂ ਬੜੀਆਂ ਫਸਾ ਮੁਕਾਬਲਾ ਹੁੰਦਾ ਸੀ ਇੰਟਰਨੈਸ਼ਨਲ ਲੈਵਲ ਤੇ ਲੈਵਲ ਏਸ਼ੀਆ ਲੈਵਲ ਤੇ। ਉਹ ਜਦੋਂ ਮੁਕਾਬਲਾ ਆਇਆ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਸੀ ਵੀ ਜਿਹੜਾ ਬਕਾਇਦਾ ਤੌਰ ਤੇ ਹਰਜੀਤ ਬਾਜਾ ਖਾਨ ਨੂੰ ਫੜੇਗਾ ਨੂੰ ਜਿੰਨੀ ਵੀ ਵਾਰੀ ਫੜੇਗਾ ਇੱਕ ਇੱਕ ਲੱਖ ਰੁਪਈਆ ਨਾਲ ਦਿੱਤਾ ਜਾਊ। ਇੱਕ ਵਾਰੀ ਵੀ ਹਰਜੀਤ ਬਾਜਾ ਖਾਨਾ ਨੀ ਫੜਿਆ ਗਿਆ ਸੀ, ਉਹਨੂੰ ਚਾਹੀਦਾ ਸੀ ਉਹਨੇ ਲੱਖ ਨੂੰ ਦਿੰਦਾ ਹਰਜੀਤ ਨੂੰ। ਇਹੀ ਇਹੀ ਹਾਲ ਕੀਤਾ ਸੀ ਬਕਾਇਦਾ ਤੌਰ ਤੇ ਜਦੋਂ ਮਿਲਖਾ ਸਿੰਘ ਉਰ ਗਿਆ ਸੀ ਦੌੜਨ ਵਾਸਤੇ। ਤੁਹਾਨੂੰ ਪਤਾ ਹੋਏਗਾ ਮਿਲਖਾ ਸਿੰਘ ਨੇ ਦੌੜ ਕੇ ਦੌੜਿਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੋਂ ਪਹਿਲਾ ਨੰਬਰ ਆਇਆ, ਤੇ ਉੱਥੋਂ ਦੇ ਲੋਕ ਤੇ ਉੱਥੋਂ ਦੇ ਖਿਡਾਰੀ ਕਹਿੰਦੇ ਸੀ ਜਿਹੜਾ ਸਾਡਾ ਖਿਡਾਰੀ ਦਾ ਨਾਮ ਨੂੰ ਭੁੱਲ ਗਿਆ ਵੀ ਉਹ ਕਦੇ ਹਾਰ ਹੀ ਨੀ ਸਕਦਾ। ਇਹਨਾਂ ਨੇ ਬਕਾਇਦਾ ਤੌਰ ਤੇ ਮੈਚ ਰੱਖ ਲਿਆ ਉੱਥੇ, ਉਦੋਂ ਸ਼ਾਇਦ ਮੇਰੇ ਖਿਆਲ ਭੁੱਟੋ ਸੀਗਾ ਜਦੋਂ, ਤੇ ਮਿਲਖਾ ਸਿੰਘ ਨੇ ਮਨਾ ਕਰਤਾ ਮੈਂ ਨੀ ਜਾਣਾ। ਬਕਾਇਦਾ ਤੌਰ ਤੇ ਮਿਲਖਾ ਸਿੰਘ ਨੂੰ ਪ੍ਰਧਾਨ ਮੰਤਰੀ ਨਹਿਰੂ ਨੇ ਬੁਲਾਇਆ, ਕਿਉਂ ਨੀ ਜਾਣਾ ਵੀ ਉਹ ਕਹਿਣ ਲੱਗਾ ਜੀ ਵੇਖੋ ਮੈਂ ਨੀ ਜਾਣਾ, ਮੇਰੇ ਉੱਥੇ ਜਿਹੜੇ ਰਿਸ਼ਤੇਦਾਰ ਜਿਹੜੇ ਮੇਰੇ ਸਾਹਮਣੇ ਮਾਰੇ ਗਏ ਨੇ, ਮੈਂ ਆਪਣੀ ਭੱਜ ਕੇ ਜਾਨ ਬਚਾਈ ਹੈ, ਬੇਚਾਰਾ ਸਾਰੀ ਉਮਰ ਦੌੜ ਰਹਿ ਰਿਹਾ। ਉਹ ਕਹਿੰਦਾ ਨਹੀਂ ਤੂੰ ਜਾ, ਅੱਜ ਸਾਰਾ ਦੇਸ਼ ਤੇਰੇ ਨਾਲ ਆ। ਕਹਿੰਦੇ ਮਿਲਖਾ ਸਿੰਘ ਕਹਿੰਦੇ ਫਿਰ ਮੈਂ ਗਿਆ ਉੱਥੇ, ਜਦੋਂ ਗਿਆ ਦੌੜਿਆ ਜਿਹੜਾ ਮੇਰਾ ਸੈਕਿੰਡ ਸੀ ਮੱਖਣ ਸਿੰਘ, ਮੈਂ ਫਸਟ ਆਇਆ ਮੱਖਣ ਸਿੰਘ ਨਾਲ ਗਏ ਸੀ, ਦੋ ਸੈਕਿੰਡ ਆਇਆ ਤੇ ਉਹਨਾਂ ਦਾ ਬੰਦਾ ਫਿਰ ਤੀਸਰੇ ਬੰਦੇ ਤੇ ਆ। ਉਦੋਂ ਕਹਿੰਦੇ ਵੀ ਉੱਥੋਂ ਦੀਆਂ ਜਿਹੜੀਆਂ ਮੁਸਲਮਾਨਾਂ ਬੈਠੀਆਂ ਸੀ ਬਕਾਇਦਾ ਤੌਰ ਤੇ ਮੈਚ ਵੇਖਣ ਦੌੜ ਵੇਖਣ ਵਾਸਤੇ ਸਟੇਡੀਅਮ ਵਿੱਚ, ਉਹਨਾਂ ਨੇ ਬੁਰਕੇ ਲਾ ਕੇ ਆਪਣੇ ਵੇਖਿਆ ਸੀ, ਬੁਰਕੇ ਚੁੱਕ ਕੇ ਵੇਖਿਆ ਸੀ ਵੇਖੀ ਵੀ ਸਰਦਾਰ ਕਿਹੜਾ ਹੈਗਾ। ਉਦੋਂ ਉਹਨੂੰ ਉੱਡਣਾ ਸਿੱਖ ਦਾ ਫਲਾਇੰਗ ਸਿੱਖ ਦਾ ਖਿਤਾਬ ਮਿਲਿਆ ਪਾਕਿਸਤਾਨ ਚ ਜੀ। CJMR 1320 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ। ਸਾਡੇ ਇੱਕ ਵੀਰ ਨੇ ਮੈਸੇਜ ਭੇਜਿਆ, ਭਾਜੀ ਮੈਂ ਦੋ ਵਾਰੀ ਸੁਣਿਆ, ਇੱਕ ਵਾਰੀ ਜਦੋਂ ਆਇਆ ਸੀ ਤੇ ਦੂਜੀ ਵਾਰੀ ਪਿਛਲੇ ਹਫਤੇ। ਹੁਣ ਜੀਤੇ ਮੌੜ ਦੀ ਗੱਲ ਕਰਦੇ ਆ ਕਿ ਪਿਛਲੇ ਹਫਤੇ ਆਇਆ ਸੀਗਾ ਤੇ ਹੁਣ ਜਾਂਦਿਆਂ ਕਾਬੂ ਆ ਗਿਆ, ਜਾਂ ਕਿਸੇ ਹੋਰ ਬਾਰੇ ਗੱਲ ਕਰ ਰਹੇ ਹੋ ਵੀ ਲਿਖ ਕੇ ਭੇਜ ਦਿਓ ਵੀਰ ਜੀ, ਕਿਉਂਕਿ ਮੇਰਾ ਤਾਂ ਪਹਿਲਾ ਭਰਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ, ਮੇਰਾ ਤਾਂ ਬਹੁਤ ਜ਼ਿਆਦਾ, ਮੈਨੂੰ ਬਹੁਤ ਜ਼ਿਆਦਾ ਪਹਿਲਾਂ ਵੀ ਥਰੈਟਿੰਗ ਆਈਆਂ ਅਤੇ ਹੁਣ ਵੀ ਇੰਡੀਵਿਜੁਅਲ ਤੌਰ 'ਤੇ ਇਸ ਮਸਲੇ ਦੇ ਉੱਤੇ ਜਦੋਂ ਮੈਂ ਬੋਲਦਾ ਅਤੇ ਥਰੈਟ ਵਗੈਰਾ ਜਿਹੜੀ ਹੈ ਉਹ ਇੰਡੀਵਿਜੁਅਲੀ ਤੌਰ 'ਤੇ ਮਹਿਸੂਸ ਕਰਦਾ। ਮੈਂ ਡਰਿਆ ਨਹੀਂ, ਨਾ ਡਰਨਾ, ਜ਼ਿੰਦਗੀ ਬਾਅਦ ਛੋਟੀ, ਮੈਂ ਤਾਂ 25 ਸਾਲ ਦਾ ਇੰਤਜ਼ਾਰ ਕਰਦਾ 29 ਅਪ੍ਰੈਲ ਦਾ ਬਾਅਦ, ਉਦੋਂ ਬਾਅਦ ਜੋ ਮਰਜ਼ੀ ਹੋਏ ਨੋ ਪ੍ਰੋਬਲਮ। ਬੰਦ ਵੀ ਹੋਈਆਂ, ਬੰਦ ਕਰਾਉਂਦੇ ਵੀ ਨੇ, ਕਰਾਉਣ ਵਾਲਿਆਂ ਨੇ ਅੱਡੀ ਚੁੱਟ ਦਾ ਜ਼ੋਰ ਵੀ ਲਾ ਲਿਆ, ਰੇਟ ਵੀ ਮੇਰਾ ਵਧਵਾ ਦਿੱਤਾ, ਚੈੱਕ ਵੀ ਛੱਡ ਕੇ ਆਏ ਸਟੇਸ਼ਨ 'ਤੇ, ਬੜਾ ਕੁਝ ਹੋਇਆ ਸਾਨੂੰ ਪਤਾ ਲੱਗਾ। ਅਗਲਿਆਂ ਨੇ ਨਹੀਂ ਲਿਆ, ਮੇਰਾ ਰੇਟ ਚੱਕਤਾ, ਵਧਾ ਤਾ, ਮੇਰੇ ਪੇਟ 'ਚ ਲੱਤ ਮਾਰੀ। ਪਰ ਮੈਂ ਕੀ ਕੀਤਾ ਸੀ, ਸਿਰਫ ਇਹੀ ਕਿ ਮੈਂ 97 ਤੋਂ ਉਦੋਂ ਵੀ ਅਤੇ ਹੁਣ ਵੀ ਨਸ਼ਿਆਂ ਦੇ ਖਿਲਾਫ਼, ਪਖੰਡੀ ਸਾਧਾਂ ਦੇ ਖਿਲਾਫ਼, ਹੱਥ ਵੇਖਣ ਵਾਲੇ ਪਖੰਡੀ ਜਿਹੜੇ ਨੇ, ਚੰਗੇ ਦੀ ਮੈਂ ਕਦਰ ਕਰਦਾ, ਉਹਨਾਂ ਦੇ ਖਿਲਾਫ਼ ਵੀ ਇਹ ਪੈਸਾ ਨਹੀਂ ਲੈਣਾ। ਜੇ ਮੈਂ ਲਿਆ ਹੁੰਦਾ ਉਸ ਵਕਤ, ਮੈਂ ਇਸ ਪੈਸੇ ਨੂੰ ਇੱਥੇ ਇਨਵੈਸਟ ਕੀਤਾ ਹੁੰਦਾ, ਜਿਹੜੇ ਅੱਜ 35-40 ਮਿਲੀਅਨ ਦੇ ਦੋ ਲੱਖ ਦਾ ਉੱਥੋਂ ਲੈ ਕੇ ਅਤੇ ਵੇਚੀ ਜਾਂਦੇ ਨੇ 40-40, ਮੈਨੂੰ ਪਤਾ ਅਰਸ਼ ਦਾਦਾ ਫਲਾਣੀ ਜਾਇਦਾਦ ਇੰਨੇ ਦੀ ਮਿਲੀ, ਮੈਂ ਕਿਹਾ ਫਲਾਣੇ ਬੰਦੇ ਦੀ ਆ। 25 ਸਾਲ ਦਾ ਸਫ਼ਰ ਥੋੜ੍ਹਾ ਨਹੀਂ ਹੁੰਦਾ, ਛੋਟੀ ਜਿਹੀ ਕਮਿਊਨਿਟੀ ਸੀ। ਅਤੇ ਜਿਹੜੇ ਜੀਤੇ ਮੋੜ ਦੀ ਮੈਂ ਕਬੱਡੀ ਰੇਡ ਪਾਉਣ ਦੀ ਗੱਲ ਕਰਦਾ, ਉਦੋਂ ਅਸੀਂ ਜਦੋਂ ਜਾਂਦੇ ਨੇ ਕਬੱਡੀ ਟੂਰਨਾਮੈਂਟ ਵੇਖਣ ਵਾਸਤੇ,
ਤੇ ਜਿਗਰ ਹੁੰਦਾ ਸੀਗਾ ਵੀ ਆਏ ਨੇ ਰੰਗਲਾ ਪੰਜਾਬ ਵਾਲੇ, 2 ਘੰਟੇ ਹੁੰਦੇ ਸੀ, ਕਬੱਡੀ ਸਾਰੇ ਖਿਡਾਰੀ ਇੱਥੇ ਪੈਂਦੇ ਹੁੰਦੇ, ਪੈਸਾ ਕਿਸੇ ਕੋਲ ਨਹੀਂ ਲਿਆ, ਵਿਰੋਧ ਕੀਤਾ। ਪੱਟੀ ਸਾਹਿਬ ਤੁਸੀਂ ਵਰਲਡ ਕਬੱਡੀ ਕੱਪ ਅੰਮ੍ਰਿਤਸਰ ਦੇਖਿਆ ਹੋਣਾ, ਰੰਗਲਾ ਪੰਜਾਬ ਨੇ ਕਰਾਇਆ ਸੀ ਇੱਕੋ ਸ਼ਰਤ ਤੇ, ਇੱਥੋਂ ਪੈਸੇ ਇਕੱਠੇ ਕੀਤੇ ਸੀ 2 ਘੰਟਿਆਂ 'ਚ 9 ਲੱਖ ਰੁਪਈਆ ਰੰਗਲਾ ਪੰਜਾਬ ਨੇ। ਸ਼ਰਤ ਇਹ ਸੀ ਵੀ ਜੇ ਉੱਥੇ ਜਾ ਕੇ ਖਾਣਾ ਪੀਣਾ ਉਹਦੇ ਪੈਸੇ ਵੱਖਰੇ ਕੱਢ ਲਓ, ਹੁਣੇ ਪਾ ਲਓ, ਉੱਥੇ ਮੈਂ ਚਵਾਨੀ ਨਹੀਂ ਇਹ ਪੈਸੇ 'ਚ ਲੱਗਣ ਦੇਣੀ। ਨਾਂ ਰੱਖਿਆ ਸੀ ਨਸ਼ੇ ਛੱਡੋ ਖੇਡਾਂ ਖੇਡੋ, ਸਲੋਗਨ ਸਾਡਾ ਇਹ ਸੀ। ਅਤੇ ਸਾਨੂੰ ਮੈਨੂੰ ਮਾਣ ਆ ਉਸ ਵਕਤ ਅੰਮ੍ਰਿਤਸਰ ਦਾ DC ਅਤੇ ਉਸ ਵਕਤ ਅੰਮ੍ਰਿਤਸਰ ਦਾ ਜਿਹੜਾ ਮਿਊਨਸੀਪਾਲਟੀ ਕਾਰਪੋਰੇਸ਼ਨ ਦੇ ਦੋਨੋਂ ਪੰਨੂ ਸਾਹਿਬ ਅਤੇ ਸਿੱਧੂ ਸਾਹਿਬ ਸੀ ਦੋਨੋਂ। ਨਹੀਂ ਪੰਨੂ ਸਾਹਿਬ ਸਿੱਧੂ ਸਾਹਿਬ ਅਤੇ ਸਿੱਧੂ ਸਾਹਿਬ DC ਸੀਗੇ ਅਤੇ ਪੰਨੂ ਸਾਹਿਬ ਸੀਗੇ ਹਾਂ ਮਿਊਨਸੀਪਾਲਟੀ ਦੇ ਚੇਅਰਮੈਨ, ਅਤੇ ਕਰਤਾਰ ਸਿੰਘ ਸਾਡੇ ਪ੍ਰਧਾਨ ਸਾਹਿਬ। ਜਿਹੜਾ ਸਲੋਗਨ ਸੀ ਉਹਦੇ ਉਲਟ ਕੁਝ ਹੋ ਰਿਹਾ ਸੀ ਪਿਛਲੇ ਪਾਸੇ, ਮਨ ਦੁਖੀ ਹੋਇਆ, ਪੈਸੇ ਵੱਧ ਗਏ ਸੀ 4-5 ਲੱਖ ਰੁਪਈਆ ਕੁਝ ਉੱਥੇ ਇਕੱਠਾ ਹੋ ਗਿਆ, ਜਮਾਂ ਕਰਾਏ, ਦੂਜੀ ਵਾਰੀ ਟੂਰਨਾਮੈਂਟ ਕਰਾ ਕੇ ਤੀਜੀ ਵਾਰੀ ਆਪਾਂ ਬਾਏ ਕਹਿ ਦਿੱਤਾ ਕਿ ਨਹੀਂ ਬਈ ਜਿਹੜਾ ਸਲੋਗਨ ਆ ਉਸ ਸਲੋਗਨ ਤੇ ਪੂਰਾ ਨਹੀਂ ਉਤਰਨਾ ਤੇ ਫਾਇਦਾ ਆਪਾਂ ਹੋਰ ਕੰਮ। ਵਰਲਡ ਕਬੱਡੀ ਕੱਪ ਪਾਕਿਸਤਾਨ ਦੀ ਪਹਿਲੀ ਜਿਹੜੀ ਟੀਮ ਆਈ ਸੀ ਉੱਥੇ ਤੇ ਉਹ ਰੰਗਲਾ ਪੰਜਾਬ ਦੇ ਤੇ ਸਾਡੇ ਮਿੱਤਰਾਂ ਨੇ ਕਰਾਇਆ ਸੀ, ਹੁਣ ਮੈਂ ਬਾਕੀਆਂ ਦੇ ਨਾਮ ਬਾਜਗੁਰ ਦਿਲਬਾਗ ਸਿੰਘ ਬਰਾੜ ਹੋਣਾ ਨੇ ਲੀਡ ਲਈ ਸੀਗੀ, ਤੇ ਉਹ ਉੱਥੇ ਬੈਠਾ ਹੋਇਆ ਬੰਦਾ ਕੀ ਨਹੀਂ ਕਰ ਸਕਦਾ ਜਿਹੜਾ ਜਿਹਨੂੰ ਜਿਹਦੇ ਨਾਲ ਮਰਜ਼ੀ ਗੰਢ ਤੁਪ ਕਰ ਲਓ। ਅੱਛਾ DC ਸਾਹਿਬ ਨਾਲ ਜਿਹਨਾਂ ਦੀ ਗੰਢ ਤੁਪ ਕਰਾਈ ਉਹ ਮਤਲਬ ਗਾਂ ਦੀ ਗਾਂ ਆਪਣੇ ਸੋਰਸ ਗੰਢ ਤੁਪ ਮੈਂ ਕਰਾਉਣ ਵਾਲਾ ਵੀ ਆ ਬੰਦੇ ਸਾਡੇ ਨਾਲ ਆਏ ਆ ਜੀ ਚਲੋ, ਅਤੇ ਉਹ ਗਾਂ ਦੀ ਗਾਂ ਆਪਣੇ ਦੇਸ਼ 'ਤੇ ਬਣਾ ਕੇ ਬੈਠੇ ਅਤੇ ਉਹਨਾਂ ਨੇ ਕੰਮ ਸ਼ੁਰੂ ਕੀਤੇ ਉੱਥੇ। ਸੋ ਕਹਿਣ ਤੋਂ ਮੇਰਾ ਭਾਵ ਆ ਕਿ ਮੈਂ ਇਹੋ ਜਿਹਾ ਬੰਦਾ ਨਹੀਂ ਹਾਂ। ਹਾਂ ਨਸ਼ਿਆਂ ਦੀ ਗੱਲ ਦੇ ਵਿੱਚ ਵੀਰਤਰ ਫਿਰ ਮੈਂ ਉੱਥੇ ਵੀਰ 'ਤੇ ਆਉਣਾ ਚਾਹੁੰਦਾ ਵੀ ਜੇ ਤੁਸੀਂ ਵੀ ਇਹ ਗੱਲ ਕੀਤੀ ਆ ਅਤੇ ਇੱਥੋਂ ਵਾਲਿਆਂ ਨੂੰ ਪਿੱਸੂ ਪੈ ਗਏ ਹੋਣੇ ਆ, ਹੁਣ ਜੇ ਇੱਥੋਂ ਹਫ਼ਤਾ ਭਰ ਰਹਿ ਕੇ ਗਿਆ ਵਾ ਹਫ਼ਤਾ ਪਹਿਲਾਂ ਤੇ ਇਹਨਾਂ ਨੂੰ ਪਿੱਸੂ ਪੈ ਗਏ ਹੋਣੇ ਵੀ ਸਾਡਾ ਹੁਣ ਕੀ ਹੋਊਗਾ, ਕਿਉਂਕਿ ਉਹਨਾਂ ਦੇ ਨਾਂ ਆਉਣਗੇ। ਔਰ ਮੈਂ ਕਹਿੰਦਾ ਕਿ ਪਤਾ ਕੀ ਹੋਣਾ ਚਾਹੀਦਾ, ਸੱਚੀ ਦੱਸਾਂ ਜੇ ਕਿ ਦੁਨੀਆਂ ਦੇ ਉੱਤੇ ਇੱਕ ਇਨਸਾਫ਼ ਹੈ ਨਾ ਇਸ ਮਸਲੇ ਦੇ ਵਿੱਚ, ਜਿੰਨਾ ਮੈਂ ਪਿੱਸਿਆ ਨਾ ਮੈਨੂੰ ਪਤਾ, ਔਰ ਜਿੰਨਾ ਮੈਨੂੰ ਰਾਤਾਂ ਭਰ ਨੀਂਦ ਨਹੀਂ ਆਈ ਨਾ ਮੈਨੂੰ ਪਤਾ, 25 ਸਾਲ ਦਾ ਸਫ਼ਰ ਐਵੇਂ ਨਹੀਂ ਕਰ ਲਿਆ, ਪਰ ਮੈਂ ਕਹਿੰਦਾ ਕਿ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ, ਧਰਮਾਂ ਸਾਰਿਆਂ ਦਾ ਸਤਿਕਾਰ ਕਰਦਾ, ਕਲਗੀਆਂ ਵਾਲੇ ਬਾਪੂ ਨੇ ਆਸ਼ੀਰਵਾਦ ਦਿੱਤੀ ਆ, ਐਡ ਮੰਗਣ ਹੁਣ ਵੀ ਨਹੀਂ ਜਾਈਦਾ, ਆ ਜਾਂਦੀਆਂ ਨੇ ਇੱਥੇ ਬਹਿ ਕੇ ਬੇਨਤੀਆਂ ਕਰ ਲਈਦੀਆਂ ਨੇ, ਇੱਥੇ ਰੋਕਰ ਲਾ ਲਈਦਾ ਆਪਣਾ ਪਰਿਵਾਰ ਦੇ ਨਾਲ। ਪਰ ਮੈਂ ਦੱਸ ਹੀ ਲਿਆ ਜੀ ਵੀਰ ਜੀ ਨੂੰ, ਨਾ ਨਾ ਲਿਓ ਕਿਸੇ ਦਾ ਜੀ, ਕਿਉਂਕਿ ਮੈਂ ਪਤਾ ਕੀ ਕਹਿਣਾ ਚਾਹੁੰਦਾ ਕਿ ਨਾ ਇਹਨਾਂ ਦੀਆਂ ਫੋਟੋਆਂ ਛਪਣੀਆਂ ਚਾਹੀਦੀਆਂ, ਨਾਲ ਵਰਲਡ ਵਾਈਡ ਅੰਤਰਰਾਸ਼ਟਰੀ ਪੱਧਰ ਤੇ ਫੋਟੋਆਂ ਛਪਣੀਆਂ ਚਾਹੀਦੀਆਂ, ਥੱਲੇ ਨਾਂ ਤੇ ਇਹਨਾਂ ਦੀ ਜ਼ਮੀਨਾਂ ਜਾਇਦਾਦਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੁਰਕ ਹੋਣੀਆਂ ਚਾਹੀਦੀਆਂ। ਪਹਿਲਾਂ ਤੇ ਮੇਰੇ ਵੀਰਾ ਵੇਖ ਲਓ ਫੋਟੋ ਜਿਹੜੀ ਰਣਜੀਤ ਸਿੰਘ ਜੀਤਾ ਜੀ ਜਗਮਣੀ ਦੇ ਫਰੰਟ ਪੇਜ ਤੇ ਲਾਈ ਲਾਈ, ਹਾਂਜੀ ਉਹ ਤੇ ਲੱਗੀ, ਹਾਂਜੀ ਠੀਕ ਹੈ ਜੀ। ਉਸ ਤੋਂ ਬਾਅਦ ਜੀ ਤੁਹਾਨੂੰ ਮੈਂ ਗੱਲ ਦੱਸੂਗਾ ਬਾਅਦ ਦੇ ਵਿੱਚ ਵੀ ਇਹ ਨਾਂ ਜੇ ਤੁਸੀਂ ਕਿਹਾ ਨਾਂ ਨਹੀਂ ਲੈਣੇ ਤੇ ਫਿਰ ਆਪਾਂ ਚੁੱਪ ਕਰ ਜਾਣੀ, ਨਾਂ ਲਿਖੀਏ ਬਕਾਇਦਾ ਤੁਰ ਤੇ ਅਖਬਾਰ ਨੇ ਆਪਣੇ ਕੋਲ ਨੀ ਕਹਿ ਰਿਹਾ ਸੀ ਨਾ ਲਿਖੀਏ ਅਖਬਾਰ ਦੇ ਵਿੱਚ ਬਕਾਇਦਾ ਤੁਰੰਤ, ਚਲੋ ਠੀਕ ਆ ਨਹੀਂ ਦਿੰਦੇ ਆਪਾਂ ਨਾ ਕਿਸੇ ਦਾ, ਕਿਉਂਕਿ ਜਿਸ ਵਿੱਚ ਕਿਸੇ ਦੇ ਖਿਲਾਫ਼ ਕੋਈ ਪ੍ਰੈਸ ਕੋਨਫਰੰਸ ਹੋ ਜਾਂਦੀ ਜੇ ਕੱਲ੍ਹ ਨਾ ਆਈ ਹੈ। ਚਲੋ ਆਪਾਂ ਅਗਲੀ ਕਾਲ ਲੈ ਲੈਣੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਸਵਾਲ ਹੈ ਜੀ, ਜਿੱਦਾਂ ਵੇਰਕੇ ਦੇ ਵਿੱਚ ਬਹੁਤ ਜ਼ਿਆਦਾ ਇਲਜ਼ਾਮ ਲੱਗ ਰਿਹਾ, ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ, ਤੇ ਮਜੀਠੇ ਦੇ ਪਿੰਡ ਵੀ ਨਾਲ ਨਾਲ ਲੱਗਦੇ ਆ, ਇਹ ਹੋਵੇ ਨਾ ਕਿ ਮਜੀਠੇ ਦੇ ਵਿੱਚ ਜ਼ਿਆਦਾ ਇਹਦਾ ਅਸਰ ਹੋ ਜਾਵੇ ਇਸ ਪ੍ਰਚਾਰ ਦਾ ਇਲਜ਼ਾਮਬਾਜ਼ੀ ਦਾ? ਉਹ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਬਕਾਇਦਾ ਤੌਰ ਤੇ ਕੱਲ ਸਿੱਧੂ ਸਾਹਿਬ ਦੀ ਬੇਟੀ ਰਾਬੀਆ ਨੇ ਜੋ ਬਿਆਨ ਦਿੱਤਾ ਸੀ ਉਹਦੀ ਪੁਸ਼ਟੀ ਕਰਦੇ ਸੀ, ਉਹ ਕਹਿੰਦੀ ਸੀ ਕਿ ਮਜੀਠੇ ਦੇ ਵਿੱਚ ਕਰਿਆਨੇ ਦੀ ਦੁਕਾਨ ਤੇ ਨਸ਼ੇ ਮਿਲਦੇ ਆ। ਸਾਡੇ ਕੋਲ ਸਮਾਂ ਥੋੜਾ ਹੁੰਦਾ, ਗੱਲਾਂ ਜ਼ਿਆਦੀਆਂ ਹੁੰਦੀਆਂ,
ਜਿਹੜਾ ਬਕਾਇਦਾ ਤੌਰ ਤੇ ਉਹ ਬਿਲਕੁਲ ਜਿਹੜਾ ਸੀ ਕੱਟਵਾਦੀ ਗੈਂਗਸਟਰ ਸੀਗਾ, ਫੜਿਆ ਗਿਆ ਪਿੱਛੇ ਜੇ, ਉਹ ਕਿੱਥੋਂ ਫੜਿਆ ਗਿਆ ਸੀ? ਬਕਾਇਦਾ ਤੌਰ ਤੇ ਮਜੀਠੇ ਹਲਕੇ ਚ ਰਹਿੰਦਾ ਸੀ ਤੇ ਮਜੀਠੇ ਤੋਂ ਫੜਿਆ ਗਿਆ ਸੀ। ਫੜਿਆ ਵੀ ਬੜੇ ਡਰਾਮਾਟਿਕ ਵੇ ਦਾ ਗਿਆ ਸੀ ਉਹਨੂੰ। ਜਸਜੀਤ ਸਿੰਘ ਉੱਥੇ ਐਸ ਐਸ ਪੀ ਹੁੰਦੀ ਸੀ, ਉਹਨਾਂ ਨੂੰ ਕਿਹਾ ਸੀ ਮਾਰਨਾ ਨੀ ਫੜਨਾ ਆ। ਬਕਾਇਦਾ ਤੌਰ ਤੇ ਉਹ ਕਾਰ ਜਿਹੜੀ ਹੈ ਪੁਲਿਸ ਦੀ ਆਪਣੀ ਗੱਲ ਚ ਨਿਕਲ ਜਾ ਰਹੀ ਹੈ, ਚੋਰੀ ਕਰਨ ਨੂੰ ਕਿਹਾ ਉਹਨੂੰ। ਜੱਗੂ ਦੀ ਗੱਲ ਕਰਦੇ ਹੋ? ਹਾਂਜੀ 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 ਹਾਂਜੀ। ਉਹ ਕਿਹਨੂੰ ਨੀ ਪਤਾ? ਕਰੇ ਸਾਡੇ ਪੱਤਰਕਾਰ ਮੌਕੇ ਤੇ ਮੌਜੂਦ ਸੀ, ਜਿਹਨਾਂ ਦੱਸਿਆ ਜੀ ਇਹ ਇੱਕ ਡਰਾਮੇਬਾਜੀ ਹੋ ਰਹੀ ਹੈ ਉਹਨੂੰ ਫੜਨ ਦੀ, ਆਹ ਜਿਹੜੀ ਪੁਲਿਸ ਪਾਸੇ ਕੱਟੀ ਗਈ ਸੀ ਡਰਾਮੇਬਾਜੀ, ਕੁਛ ਨੀ ਹੈਗਾ। ਉਹ ਫੜਿਆ ਕਿੱਥੋਂ ਗਿਆ ਸੀਗਾ? ਮਜੀਠੇ ਲੱਗੇ ਚੋਰੀ ਨਾ ਕਿਤੇ ਜੀ, ਮਜੀਠੇ ਲੱਗੇ। ਇੱਕ ਸਟੇਜ ਤੇ ਸਾਡੇ ਇੱਕ ਪੱਤਰਕਾਰ ਨੂੰ ਆਇਆ ਸੀ ਧਮਕਿਆ ਧਮਕਿਆ, ਤੇ ਮੈਂ ਇੱਥੇ ਇੱਕ ਸਮਾਗਮ ਚ ਬੋਲਦਿਆਂ ਕਿਹਾ ਸੀ ਵੀ ਜੱਗੂ ਨੂੰ ਕਿਤੇ ਬਦਲੇ ਤੇ ਪੁੱਤ ਬਣ ਗਿਆ, ਜੇ ਸਾਡੇ ਪੱਤਰਕਾਰ ਦਾ ਕੋਈ ਨੁਕਸਾਨ ਹੋਇਆ ਤਾਂ ਆਪਣਾ ਆਪਣਾ ਵਿਚਾਰ ਲਓ। ਉਹਨੇ ਗੱਲ ਸਾਡੇ ਪੱਤਰਕਾਰ ਨੂੰ ਛਿੜਿਆ ਭੇਜਿਆ ਸੀ ਮੈਨੂੰ, ਕਹਿੰਦਾ ਜੀ ਮੈਂ ਪੱਟੀ ਸਾਹਿਬ ਦਾ ਬਹੁਤ ਸਤਿਕਾਰ ਕਰਦਾ, ਤਾਂ ਬੜੇ ਕੰਮ ਕੀਤੇ ਆ, ਲੇਕਿਨ ਕਹਿੰਦਾ ਵੀ ਵੇਖੋ ਮੇਰਾ ਕੋਈ ਰੋਲ ਨੀ ਕਿਸੇ ਪੱਤਰਕਾਰ ਨਾਲ, ਮੈਂ ਕਿਸੇ ਪੱਤਰਕਾਰ ਨੂੰ ਧਮਕੀ ਦਿੱਤੀ, ਮੇਰਾ ਨਾਂ ਲੈ ਕੇ ਦਿੱਤੀ ਇਹਦੇ, ਉਹਦੀ ਸੀ ਪੜਤਾਲ ਕਰਨ ਦੀ। ਚੰਗੀ ਗੱਲ ਆ ਜੀ, ਮਿਹਰਬਾਨੀ। ਚਲੋ ਅਗਲੀ ਕਾਲ ਲੈ ਲਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੱਟੀ ਸਾਹਿਬ, ਮੈਂ ਇਹੀ ਗੀਤੇ ਮੋੜ ਬਾਰੇ ਹੀ ਗੱਲ ਕਰਨ ਲੱਗਾ ਸੀਗਾ। ਚਾਰਾ ਸਾਹਿਬ ਆਪਣੇ ਜਲੰਧਰ ਕਾਫੀ ਟਾਈਮ ਰਿਹਾ ਤੇ ਹੈ ਤਾਂ ਮੈਂ ਗੁਰਦਾਸਪੁਰ ਕਹਿ, ਤੇ ਮੈਂ ਗੱਲ 98 ਤੇ 97 ਦੀ ਕਰਨ ਲੱਗਾ। ਜਲੰਧਰ ਇਹਦੀ ਕੋਠੀ ਆ ਕਾਫੀ ਵੱਡੀ, ਮਹਾਨਗਰ ਮਹਾਨਗਰ ਪੈ ਜਾਂਦਾ ਜਿੱਥੇ ਟੀਵੀ ਟਾਵਰ ਆ, ਬਿਲਕੁਲ ਉਹਦੇ ਲਾਗੇ ਬਣਿਆ ਸੀ ਨਵਾਂ ਏਰੀਆ ਨਾ। ਜੀ ਜੀ ਜੀ। ਤੇ ਮੇਰੇ ਨਾ ਇਹਦੇ ਥੋੜਾ ਟਾਈਮ ਸੰਬੰਧ ਰਹੇ ਆ, ਕਿਉਂਕਿ ਮੈਂ ਵੀ ਸੀਗਾ ਤੇ ਜੂਨੀਅਰ ਮੇਟ ਚ ਕਬੱਡੀ ਖੇਡਦਾ ਹੁੰਦਾ, ਪਰ ਜਦੋਂ ਕੋਈ ਸੀਨੀਅਰ ਮਿਲੇ ਤੇ ਆਪਣੇ ਵੱਲੋਂ ਥੋੜਾ ਜਿਹਾ ਹੋ ਜਾਂਦਾ ਆ ਵੀ ਮਾਣ ਤਾਣ। ਮੈਨੂੰ ਉਹਨਾਂ ਦਿਨਾਂ ਦੇ ਵਿੱਚ ਵੀ ਇਹਦਾ ਉੱਥੇ ਪਤਾ ਲੱਗਾ ਸੀਗਾ ਕਿ ਬਾਹਰ ਦੇ ਚੱਕਰਾਂ ਦੇ ਵਿੱਚ ਵੀ ਮੈਂ ਕਬੱਡੀ ਦੇ ਚੱਕਰ ਇਹਨੂੰ ਲੈ ਜੂਗਾ, ਉੱਥੇ ਵੀ ਪੰਜਾਂ ਛਿਆਂ ਪਿੰਡਾਂ ਦੇ ਪੈਸੇ ਮਾਰ ਕੇ ਬੰਦਾ ਬੈਠਾ ਸੀਗਾ। ਉਦੋਂ ਭਾਜੀ ਇਹਨੂੰ ਬੈਨ ਵੀ ਇਸੇ ਕਰਕੇ ਆਇਆ ਸੀ, ਇੱਥੇ ਵੀ ਕਿਸੇ ਕਲੱਬ ਦੇ ਪੈਸੇ ਪੂਹੇ, ਦੋ ਕਲੱਬਾਂ ਦੇ ਇੱਥੇ ਮਾਰੇ ਸੀਗੇ, ਦੋ ਦੇ ਇੰਗਲੈਂਡ ਮਾਰੇ ਗਏ, ਤੇ ਚਾਵਲਾ ਸਾਹਿਬ ਇਹਦੇ ਵਿਆਹ ਵੀ ਦੋ ਆ, ਇੱਕ ਇੰਗਲੈਂਡ ਆ, ਇੱਕ ਇੱਥੇ ਕੈਨੇਡਾ ਵੀ ਆ। ਅੱਛਾ ਚਲੋ, ਥੈਂਕ ਯੂ ਵੈਰੀ ਮੱਚ, ਧੰਨਵਾਦ ਲਈ। ਇਹਦੇ ਬਾਰੇ ਅਸੀਂ ਨਹੀਂ ਕਹਿ ਸਕਦੇ ਜੇ ਕਿਸੇ ਨੇ ਸਪਸ਼ਟੀਕਰਨ ਦੇਣਾ ਹੋਵੇ, ਪੱਖ ਰੱਖਣਾ ਹੋਵੇ ਤਾਂ ਰੱਖ ਸਕਦਾ, ਪਰ ਇੱਥੇ ਕਲੱਬਾਂ ਦੇ ਪੈਸੇ ਦੋਵਾਂ ਕਲੱਬਾਂ ਕੋਲ ਖੇਡਣ ਵਾਸਤੇ ਪੈਸੇ ਲੈ ਗਏ ਸੀ। ਵੇਖੋ ਹੁਣ ਹੌਲੀ ਹੌਲੀ ਨਾ ਉਹ ਕੰਪਿਊਟਰ ਖੋਲਦਾ ਜਾ ਰਿਹਾ, ਅਤੇ ਇੰਗਲੈਂਡ ਦੇ ਵਿੱਚ ਵੀ ਮਾਰੇ ਸੀ, ਅਤੇ ਓਨਟੀਰੀਓ ਕਬੱਡੀ ਫੈਡਰੇਸ਼ਨ ਨੇ ਇਹਨੂੰ ਬੈਨ ਕੀਤਾ ਹੋਇਆ, ਕੈਨੇਡਾ ਦੇ ਵਿੱਚ ਨਹੀਂ ਕਦੀ ਖੇਡਿਆ ਇਹ, ਜੋ ਉਦੋਂ ਖੇਡਿਆ ਉਹ ਖੇਡਿਆ, ਇੰਗਲੈਂਡ 'ਚ ਖੇਡਦਾ ਰਿਹਾ ਬਾਅਦ 'ਚ। ਹਾਂਜੀ ਨਹੀਂ ਹੁਣ ਆਪਣੇ ਫੈਸਲਾ ਹੋ ਗਿਆ ਸੀ ਵਾਪਸ ਵੂਪਸ ਲੈਣ ਦਾ, ਤੁਹਾਨੂੰ ਪਤਾ ਕਿ ਫੈਡਰੇਸ਼ਨਾਂ ਵੀ ਦੋ ਤਿੰਨ ਹੋ ਗਈਆਂ ਸੀ, ਬਸ ਜਦੋਂ ਤਿੰਨ ਫੈਡਰੇਸ਼ਨ ਉਦੋਂ ਦੀ ਗੱਲ ਹੈ, ਉਦੋਂ ਆਇਆ ਸੀਗਾ। ਮੈਂ ਹੁਣ ਫੈਡਰੇਸ਼ਨ ਕਬੱਡੀ ਫੈਡਰੇਸ਼ਨ ਦੇ ਮੇਰੇ ਕੋਲ ਕਿਉਂ ਪੋਦੜੇ ਖਿਲਾਉਂਦੇ, ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਵੇਲੇ ਇੱਕ ਬੰਦੇ ਨੂੰ ਪ੍ਰਧਾਨ ਬਣਾਉਣ ਲੱਗੇ, ਤੇ ਮੈਨੂੰ ਕਹਿੰਦੇ, ਮੈਂ ਕਿਹਾ ਯਾਰ ਮੇਰੀ ਤੇ ਸਹਿਮਤੀ ਨਹੀਂ ਇਹਦੇ ਨਾਲ ਹੈਗੀ, ਤੇ ਅਸੀਂ ਸੁਖਵਿੰਦਰ ਸਿੰਘ ਰਟੌਲ ਸਾਹਿਬ ਨੂੰ ਬਣਾਇਆ ਸੀ, ਅੱਜ ਉਹ ਕ੍ਰੈਡਿਟ ਮੈਨੂੰ ਦੇਣ ਚਾਹੇ ਨਾ ਦੇਣ, ਮੈਨੂੰ ਬਣਾਉਂਦੇ ਸੀ ਪ੍ਰਧਾਨ ਕਬੱਡੀ ਫੈਡਰੇਸ਼ਨ ਦਾ, ਤੁਸੀਂ ਬਣ ਜਾਓ। ਮੈਂ ਕਿਹਾ ਮੈਂ ਅੱਜ ਵੀ ਸਾਡੀ ਇੰਡੋ ਕੈਨੇਡੀਅਨ ਮੀਡੀਆ ਐਸੋਸੀਏਸ਼ਨ ਆ, ਮੈਂ ਉਹਦਾ ਸਿਪਾਹੀ ਬਣ ਕੇ ਤਿਆਰ ਹਾਂ, ਮੈਨੂੰ ਨਾ ਖਜ਼ਾਨਚੀ ਨਾ ਸੈਕਟਰੀ ਬਣਾਇਆ ਕਈ ਵਾਰੀ, ਪਰ ਮੈਨੂੰ ਪਤਾ ਗਾਂ ਜਾ ਕੇ ਨਾ ਇਹਦੇ ਵਿੱਚ ਉਹ ਇੱਥੇ ਉਹੀ ਲੱਗਦੀ ਆ, ਜਿਹੜਾ ਬੰਦਾ ਸੱਚਾ ਹੁੰਦਾ ਉਹਨੇ ਸੱਚ ਬੋਲਣਾ ਨਹੀਂ, ਗੱਲ ਨੂੰ ਕਿਸੇ ਨੇ ਮੰਨਣਾ ਹੀ ਨਹੀਂ। ਅੰਮ੍ਰਿਤਸਰ ਦਾ ਟੂਰਨਾਮੈਂਟ ਕਰਾ ਕੇ ਕਾਮਯਾਬ ਸੀਗਾ ਟੂਰਨਾਮੈਂਟ, ਉਦੋਂ ਬਾਅਦ ਚਲੀ ਸੀਗੀ, ਇੰਨੇ ਕੁ ਜਾਣੇ ਸੀ, 5-7 ਜਾਣੇ, ਮੈਂ ਨਾ ਗਿਣ ਦੂੰਗਾ, ਕਿਤੇ ਜੇ ਕਿਸੇ ਨੇ ਗੱਲ ਕਰਨੀ ਹੋਵੇ ਤੇ ਮੇਰੇ ਨਾਲ ਆ ਕੇ ਬਹਿ ਕੇ ਕਰ ਸਕਦਾ। ਉਦੋਂ ਬਾਅਦ ਤੇ ਕਰੋੜਾਂ ਚੱਲ ਗਈ, ਉਦੋਂ ਬਾਅਦ ਤੇ ਉਦੋਂ ਕਬੱਡੀ ਪ੍ਰਤੀ ਲੋਕ ਉਤਸ਼ਾਹਿਤ ਸਨ ਤੇ ਸਮਰਪਿਤ ਸਨ, ਪਰ ਇੰਡੀਵਿਜੁਅਲ ਤੌਰ ਤੇ ਬਾਅਦ ਦੇ ਵਿੱਚ ਉੱਥੋਂ ਤੇ ਫਿਰ ਤੁਹਾਨੂੰ ਪਤਾ ਪਾਣੀ ਪਿਆਉਣ ਵਾਲੇ ਵੀ ਉੱਥੋਂ ਲੱਗੇ ਸੀ, ਤੇ ਉਹ ਵੀ ਮੈਂ ਤਵਾ ਲਾਇਆ ਸੀ, ਪਾਣੀ ਪਿਆਉਣ ਵਾਲਾ ਵੀ ਇੱਥੇ ਹੈ ਨਹੀਂ ਗਾ, ਉਹ ਵੀ ਉੱਥੋਂ ਆਉਂਦੇ ਆ, ਉਹ ਵੀ ਸਾਰਾ ਕੁਝ। ਹਾਂ ਤੁਹਾਨੂੰ ਪਤਾ ਫਿਰ ਪੰਗੇ ਤੇ ਲੈਣੇ ਆਪਣਾ ਕੰਮ। ਹਾਂਜੀ ਮਿਹਰਬਾਨੀ, ਥੈਂਕ ਯੂ। ਹਾਂਜੀ ਜਿਹੜੀ ਗੱਲ ਵੀਰ ਜੀ ਨੇ ਬਕਾਇਦਾ ਤੌਰ ਤੇ ਗੱਲ ਕੀਤੀ ਦੋ ਪਤਨੀਆਂ ਦੀ, ਇਹਨਾਂ ਦੀ ਪਤਨੀ ਜਿੰਦਰ ਕੌਰ, ਉਹਦਾ ਨਾਮ ਵੀ ਨਾਮਿਤ ਕੀਤਾ ਗਿਆ ਇਸ ਕੇਸ ਦੇ ਵਿੱਚ। ਅੱਛਾ ਜੀ, ਵੈਰੀ ਜੀ ਜੀ।
अच्छा पट्टी साहब सवेरे हो सकता तेरे को गुड मॉर्निंग शो के शुक्रवार है अर्श गए हुए ने फुलरीडा उत्थे बहुत बड़ा जबरदस्त प्रोजेक्ट है तो वो उत्थे गए ने तो उत्थों उन्होंने सारी जानकारी क्योंकि एक्सक्लूसिव तो नहीं पर इन्हों विशेष तौर पर क्योंकि अवार्ड मिले एक्सक्लूसिव कुछ प्रोजेक्ट कुछ घर लैके आ रहे ने अर्श उत्थों एक्सक्लूसिव हाँ सामने लिखा एक्सक्लूसिव एक्सक्लूसिव कुछ लैके आ रहे ने घर फ्लोरिडा दे विच ते वो उत्थे गए ने ते उन्हां दी गैर हाजरी एक घंटा मेरी ड्यूटी लगनी है सवेरे गुड मॉर्निंग शो मैं सवेरे 7 बजे फिर उठना ते आपां ओवर नहीं जाना मिनट अपने को 2 ही ने ते बाकी दीआं गल्लां आपां 15-20 मिनट लावांगे सवेरे हाँ जी ते फिर आपां करांगे गल्लबात ते धन्नवाद तुहाडा आखिरी क्वेश्चन मैं लै लैणा कि प्रधानमंत्री साहब हुण सिखां प्रति बहुत हुराकदारी दिखा रहे ने चलो धन्नवाद है प्रौणा चरी की तारीफ करदे आ हड्डबीती सांझी कीती है भाई ਇਹ ਉਹੀ ਸਨ ਜਿੱਦਣ ਤੁਸੀਂ ਵਾਪਸ ਮੁੜੇ ਹੋ ਹੁਣ ਮੇਰੇ ਮੂੰਹ ਚੋਂ ਫੇਰ ਸੱਚ ਨਿਕਲ ਜਾਣਾ ਤੁਸੀਂ ਉਦਣ ਗੁੱਸੇ 'ਚ ਆ ਗਏ ਸੀ ਵੀ ਉੱਥੇ ਬੰਦਾ ਤਾਂ ਕੋਈ ਹੈ ਨਹੀਂ ਅਤੇ ਭਾਂਡਾ ਭੰਨਤਾ ਪੰਜਾਬੀਆਂ 'ਤੇ ਹਾਂਜੀ ਇਹ ਬਕਾਇਦਾ ਤੌਰ 'ਤੇ ਐਂਕਰ ਨੇ ਸਵਾਲ ਪੁੱਛਿਆ ਸੀ ਜੀ 5 ਜਨਵਰੀ ਨੂੰ ਤੁਸੀਂ ਉੱਥੋਂ ਵਾਪਸ ਆਏ ਹੋ ਤੁਸੀਂ ਕਿਹਾ ਸੀ ਵੀ ਮੈਂ ਉੱਥੋਂ ਬਚ ਕੇ ਆ ਗਿਆ ਮੁੱਖ ਮੰਤਰੀ ਨੂੰ ਕਹਿ ਦੇਣਾ ਅਤੇ ਸਿੱਖਾਂ ਬਾਰੇ ਤੁਹਾਡੇ ਕੀ ਵਿਚਾਰ ਆ ਉਹਨਾਂ ਨੇ ਕਿਹਾ ਜੀ ਮੈਂ ਤੇ ਮੇਰਾ ਡਰਾਈਵਰ ਸੀ ਤੇ ਪੰਜਾਬ ਦੇ ਵਿੱਚ ਹੀ ਗਏ ਇੱਕ ਜਗ੍ਹਾ ਤੇ ਸਾਡੀ ਗੱਡੀ ਜਿਹੜੀ ਸੀ ਖਰਾਬ ਹੋ ਗਈ ਅਸੀਂ ਧੱਕਾ ਲਾਇਆ ਪਰ ਗੱਲ ਨੀ ਬਣੀ ਕਿਹੜੀ ਸਾਲ ਦੀ ਗੱਲ ਇਹ ਪੁਰਾਣੀ ਗੱਲ ਕੀਤੀ ਸਾਨੂੰ ਨੀ ਦੱਸਿਆ ਉਹਨਾਂ ਨੇ ਅੱਛਾ ਇਹ ਮੇਰੇ ਖਿਆਲ 1975-76 ਦੀ ਗੱਲ ਹੋਏਗੀ ਜੀ ਹਾਂ ਠੀਕ ਅੱਛਾ ਉਹ ਜਦੋਂ ਧੱਕਾ ਲਾਇਆ ਤੇ ਗੱਡੀ ਸਟਾਰਟ ਨੀ ਹੋਈ ਤੇ ਲਾਗੇ ਸਰਦਾਰ ਸਨ ਦੋ ਭਰਾ ਉਹ ਵੀ ਆਪਣਾ ਕੰਮ ਕਰਨ ਡੇ ਸੀ ਤੇ ਉਹ ਧੱਕਾ ਲਾਉਂਦੇ ਨੂੰ ਵੇਖ ਕੇ ਸਾਡੇ ਕੋਲ ਆ ਗਏ ਉਹਨਾਂ ਵੀ ਧੱਕਾ ਧੁੱਕਾ ਲਾਇਆ ਪਰ ਗੱਡੀ ਨੀ ਚੱਲੀ ਤੇ ਹਨੇਰਾ ਵੀ ਹੋ ਗਿਆ ਉਹ ਸਰਦਾਰ ਕਹਿੰਦੇ ਬਾਊ ਜੀ ਜੇ ਗੁੱਸਾ ਨਾ ਕਰੋ ਤੇ ਤੁਸੀਂ ਸਾਡੇ ਨਾਲ ਸਾਡੀ ਝੌਪੜੀ ਜਾ ਕੇ ਰਾਤ ਕੱਟ ਲਓ ਸਵੇਰੇ ਤੁਹਾਡੀ ਗੱਡੀ ਅਸੀਂ ਠੀਕ ਕਰਵਾ ਕੇ ਤੋਰ ਦਿਆਂਗੇ ਆਹ ਹਾ ਹਾ ਪਹਿਲੀ ਗੱਲ ਤੇ ਝੌਂਪੜੀ ਚ ਰਹਿੰਦੇ ਸਰਦਾਰ ਕਿੱਡੇ ਵੱਡੇ ਦਿਲ ਦੇ ਮਾਲਕ ਹੈ ਗੱਡੀ ਠੀਕ ਕਰਾ ਕੇ ਸਾਨੂੰ ਤੋਰਿਆ ਜਦੋਂ ਸਾਡੀ ਟਹਿਲ ਸੇਵਕ ਦਿੱਤੀ ਜੋ ਉਹਨਾਂ ਦੇ ਕੋਲ ਬਣਿਆ ਸੀ ਜੋ ਉਹਨਾਂ ਖਾਧਾ ਅਸੀਂ ਵੀ ਖਾਧਾ ਤੇ ਉੱਥੇ ਮੰਜੇ ਤੇ ਚਾਰਪਾਈ ਤੇ ਸੁੱਤੇ ਅਸੀਂ ਤੇ ਇਸ ਕਰਕੇ ਮੈਂ ਸੋਚਦਾ ਸਿੱਖ ਬੜੇ ਦਿਆਲੂ ਹੁੰਦੇ ਦਿਆਨਦਾਰੀ ਹੁੰਦੇ ਸਿੱਖਾਂ ਵਿੱਚ ਕੋਈ ਕਸੂਰ ਨਹੀਂ ਹੈਗਾ ਕਹਿੰਦੇ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀਗਾ ਤੇ ਬਕਾਇਦਾ ਤੌਰ ਤੇ ਇੱਕ ਗੁਰਦੁਆਰੇ ਜਦੋਂ ਭੂਚਾਲ ਨੀ ਆਈ ਤੂਫਾਨ ਜੇ ਆਇਆ ਸੀ ਉਹ ਗੁਰਦੁਆਰੇ ਦੀ ਭੰਨ ਤੋੜ ਹੋਈ ਸੀ ਕਿਹੜੀ ਸਾਲ ਦੀ ਗੱਲ ਹੈ ਰੀਸੈਂਟਲੀ ਹੈ 2000 ਸਮਥਿੰਗ ਦੀ ਹੈ ਰੀਸੈਂਟਲੀ ਹਾਂਜੀ ਹਾਂਜੀ ਉਦੋਂ ਮੁੱਖ ਮੰਤਰੀ ਸਨ ਬਹੁਤ ਕੁਝ ਰਗਲਾ ਪੰਜਾਬ ਦੇ ਰਾਹੀਂ 2 ਘੰਟੇ ਮੈਨੂੰ ਤੇ ਮਾਣ ਇਸ ਗੱਲ ਦਾ ਕਿ 2 ਘੰਟੇ ਦੇ ਵਿੱਚ ਪਤਾ ਨੀ ਕਿੰਨਾ ਫੰਡ ਇਕੱਠਾ ਹੋਇਆ ਸੀ ਗਿਣਤੀ ਕੋਈ ਨੀ ਪੱਟੀ ਸਾਹਿਬ ਭੇਜੇ ਸੀ ਇੱਥੇ ਵੱਡੇ ਵੱਡੇ ਅੰਬਾਰ ਲੱਗ ਗਏ ਸੀ ਕੱਪੜੇ ਦੇ ਕੰਬਲਾਂ ਦੇ ਨਵੇਂ ਕੰਬਲ ਖਾਣ ਪੀਣ ਦੀਆਂ ਵਸਤਾਂ ਹੱਥ ਜੋੜਨੇ ਪਏ ਸੀ ਉਹ ਭਾਈ ਨਹੀਂ ਰਹਿਣ ਦਿਓ ਛੱਡ ਦਿਓ ਹੁਣ ਨਹੀਂ ਜ਼ਰੂਰਤ ਕੰਟੇਨਰਾਂ ਦੇ ਕੰਟੇਨਰ ਫੁੱਲ ਹੋ ਗਏ ਨੇ ਗੁਰਦੁਆਰੇ ਦੀਆਂ ਪਾਰਕਿੰਗ ਲਾਟਾਂ ਫੁੱਲ ਹੋ ਗਈਆਂ ਸੀ ਇੰਨਾ ਦੇਸ਼ ਪ੍ਰਤੀ ਪਿਆਰ ਆ ਉਹ ਕੀ ਕਹਿੰਦੇ ਅੱਗੇ ਕੀ ਕਹਿੰਦੇ ਕਹਿੰਦੇ ਮੈਂ ਆਪ ਉੱਥੇ ਗਿਆ ਵੇਖ ਕੇ ਮੈਂ ਆਪਣੇ ਅਫਸਰਾਂ ਨੂੰ ਕਿਹਾ ਵੀ ਜਿਹੜੇ ਗੁਜਰਾ ਹੈਗੇ ਨੇ ਰਾਜਸਥਾਨ ਦੇ ਆਰਕੀਟੈਕਟ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਬੁਲਾ ਕੇ ਮੈਂ ਕਿਹਾ ਮੈਨੂੰ ਉਹੋ ਜਿਹਾ ਗੁਰਦੁਆਰਾ ਜਿਹੜਾ ਪਹਿਲਾਂ ਬਣਿਆ ਸਿੰਘ ਗੁਰਦੁਆਰਾ ਚਾਹੀਦਾ ਖਰਚੇ ਦੀ ਕੋਈ ਪਰਵਾਹ ਨੀ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਉਹ ਬਾਬੇ ਨਾਨਕ ਦਾ ਦਰਬਾਰ ਮੈਂ ਆਪਣੇ ਹੱਥੀ ਤਿਆਰ ਕੀਤਾ ਸੀ ਕਿ ਸਿੱਖ ਜਿਹੜੇ ਉਹ ਬੜੇ ਦਿਆਨਤਦਾਰ ਹੁੰਦੇ ਇਮਾਨਦਾਰ ਹੁੰਦੇ ਦੇਸ਼ ਭਗਤ ਹੁੰਦੇ ਸਿੱਖਾਂ ਦੀ ਅਸੀਂ ਕਿਸੇ ਪ੍ਰਕਾਰ ਦੀ ਜਿਹੜੀ ਦੇਸ਼ ਭਗਤੀ ਤੇ ਜਿਹੜਾ ਉਹ ਕਿੰਤੂ ਨਹੀਂ ਕਰ ਸਕਦੇ ਚਲੋ ਏਦਾਂ ਕਰੋ ਫਿਰ ਬਾਬੇ ਨਾਨਕ ਵਾਲੀ ਉਹ ਵੀ ਦਵਾ ਦਿਓ 84 ਵਾਲੀ ਹਰ ਕੀ ਪੌੜੀ ਦੇ ਵਿੱਚ ਨਹੀਂ ਉਹ ਤੇ ਪੰਜਾਬੀ ਚ ਕਹਿ ਦਿਆਂ ਸਾਡੇ ਲੀਡਰ ਬੇਈਮਾਨ ਨੇ ਜੀ ਪੰਜਾਬੀ ਚ ਮੈਂ ਕਹਿੰਦਾ ਗਿਆਨ ਗੋਦਰੀ ਗੁਰਦੁਆਰਾ ਸਾਹਿਬ ਦੀ ਗੱਲ ਕਰਦਾ ਮੈਂ ਉਹਦਾ ਕੀ ਕਸੂਰ ਸੀ 50 ਵਜੇ ਆਪਾਂ ਗੱਲ ਕੀਤੀ ਵੀ ਜੇ ਕਿਤੇ ਸਾਰੇ ਲੀਡਰ ਇਕੱਠੇ ਹੋ ਕੇ ਜਾਣ ਤੇ ਪ੍ਰਧਾਨ ਮੰਤਰੀ ਵੱਲੋਂ ਕੋਈ ਨਾਂ ਨਹੀਂ ਰਹੇਗੀ ਇਹ ਤੁਹਾਨੂੰ ਦੱਸ ਦਿਆਂ ਚਲੋ ਕੱਲ ਤੇ ਆ ਨਾ ਆਪੋ ਆਪਣੀ ਜਿਹੜੀ ਸਿੱਕਾ ਜਮਾਉਂਦੇ ਮੇਰਾ ਟੌਰ ਬਣ ਜੇ ਮੇਰਾ ਟੌਰ ਬਣ ਜੇ ਫਿਰ ਕੋਈ ਚੰਗਾ ਟੌਰ ਬਣਾਈ ਜਾਓ ਆਪਣਾ ਕੋਈ ਗੱਲ ਨਹੀਂ ਜਦੋਂ ਇਕੱਠੇ ਉਸ ਗੱਲ ਕਰ ਲਾਂਗੇ ਪਤਾ ਨਹੀਂ ਕੀ ਬਾਟੇ ਚ ਘੋਲ ਕੇ ਪਿਆ ਗਿਆ
ਲੈਣੇ ਆ ਸਵੇਰੇ ਆ ਗਿਆ ਸਵੇਰੇ ਮਿਲਦੇ ਆ ਫੇਰ ਸਤਿ ਸ੍ਰੀ ਅਕਾਲ ਠੀਕ ਠੀਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ